ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ ਜੀ ਤੁਹਾਡਾ? ਸਭ ਵਧੀਆ। ਮੈਂ ਜੀ ਤੁਹਾਡਾ ਹੋਸਟ ਸਨੀ ਬਾਈ, ਆਪਣੇ ਪ੍ਰੋਗਰਾਮ ਗੱਲ ਸਰਦਾਰਾਂ ਦੇ ਨਾਲ ਤੁਹਾਡੇ ਨਾਲ ਮੁਖਾਤਬ ਹਾਂ। ਦੋਸਤੋ, ਪੰਜਾਬ ਦੇ ਵਿੱਚ ਖੁਸ਼ੀਆਂ ਦਾ ਮੌਸਮ ਚੜ ਗਿਆ, ਵਿਸਾਖੀ ਦਾ ਮੇਲਾ ਆ ਗਿਆ, ਕਣਕਾਂ ਦੀ ਵਾਢੀ ਪੈ ਗਈ ਅਤੇ ਜੱਟ ਕਣਕਾਂ ਵੇਚ ਕੇ ਮੰਡੀ 'ਚ ਸੁੱਟ ਕੇ ਵਿਹਲੇ ਹੋ ਗਏ ਅਤੇ ਕਹਿੰਦਾ ਕਣਕਾਂ ਦੀ ਵੀ ਰਾਖੀ ਮੁੱਕ ਗਈ, ਖੁਸ਼ੀਆਂ ਦਾ ਇਹ ਵੇਲਾ, ਮੋਢਿਆਂ 'ਤੇ ਡਾਂਗ ਧਰ ਕੇ ਜੱਟ ਵੇਖਦੇ ਵਿਸਾਖੀ ਵਾਲਾ ਮੇਲਾ। ਪੰਜਾਬ ਦੇ ਵਿੱਚ ਨਿੱਤ ਵਿਸਾਖੀ ਦੇ ਮੇਲੇ ਲੱਗਦੇ ਆ, ਚੜ੍ਹਦੇ ਪੰਜਾਬ 'ਚ ਵੀ ਅਤੇ ਲਹਿੰਦੇ ਪੰਜਾਬ 'ਚ ਵੀ, ਅਤੇ ਕੋਸ਼ਿਸ਼ ਆਪਣੇ ਪ੍ਰੋਗਰਾਮ ਦੇ ਰਾਹੀਂ ਹਮੇਸ਼ਾ ਕਰਦੇ ਹਾਂ ਕਿ ਗੱਲ ਸਰਦਾਰਾਂ ਦੀ ਸਰਦਾਰਾਂ ਦੇ ਨਾਲ ਕਰੀਏ ਕਿ ਸਰਦਾਰ ਉਹੀ ਹੈ ਜਿਹਦੇ ਸਿਰ 'ਤੇ ਪੱਗ ਆ, ਸਰਦਾਰ ਉਹੀ ਆ ਜਿਹੜਾ ਕਬੀਲਦਾਰ ਆ, ਸਰਦਾਰ ਉਹੀ ਆ ਜਿਹੜਾ ਆਪਣੇ ਖਾਨਦਾਨ ਨੂੰ ਲੈ ਕੇ ਤੁਰਦਾ। ਹਰ ਘਰ ਦੇ ਵਿੱਚ ਇੱਕ ਸਰਦਾਰ ਹੈਗਾ, ਬਲਕਿ ਹਰ ਘਰ ਦਾ ਉਹ ਫਰਦ ਸਰਦਾਰ ਆ ਜਿਹੜਾ ਆਪਣੇ ਮੋਢੇ ਦੇ ਉੱਤੇ ਜ਼ਿੰਮੇਵਾਰੀ ਰੱਖਦਾ। ਅਤੇ ਅੱਜ ਇਹ ਪ੍ਰੋਗਰਾਮ ਰਾਹੀਂ ਅਸੀਂ ਦੱਸਾਂਗੇ ਕਿ ਅਸੀਂ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀ ਜਿਹੜੀ ਜ਼ਿੰਮੇਦਾਰੀ ਲਈ ਆ, ਅਸੀਂ ਉਹਨੂੰ ਏਕਤਾ ਵਾਸਤੇ ਅਸੀਂ ਜਿਹੜਾ ਆਪਣੇ ਇਸ ਪ੍ਰੋਗਰਾਮ ਦੇ ਰਾਹੀਂ ਕੰਮ ਕਰਨਾ, ਉਹ 'ਚ ਕਿਸ ਹੱਦ ਤੱਕ ਕਾਮਯਾਬ ਹੁੰਦੇ ਹਾਂ। ਅਤੇ ਦੋਸਤੋ, ਗੱਲ ਕਰਦੇ ਜਾਈਏ ਅਸੀਂ ਸੰਗੀਤ ਦੀ। ਸੰਗੀਤ ਇਸ ਵਾਸਤੇ ਕਿ ਅੱਜ ਵਿਸਾਖੀ ਦੇ ਮੇਲੇ ਦੀ ਬੜੀ ਝੜੀ ਲੱਗੀ ਹੋਈ ਆ। ਇਹ ਤੂੰ ਕੀ ਜਾਣੇ ਤੇਰੇ ਟੈਲੀਫੋਨ ਦਾ ਕਿੱਡਾ ਚਾਅ ਚੜਿਆ, ਗੱਲ ਠਹਿਰ ਕੇ ਕਰੀ ਅਜੇ ਸਾਹ ਚੜਿਆ। ਅਤੇ ਦੋਸਤੋ, ਮੇਰੇ ਨਾਲ ਮਿਊਜ਼ੀਸ਼ੀਅਨ ਮੌਜੂਦ ਨੇ ਅਤੇ ਅੱਜ ਆਪਾਂ ਗੱਲ ਸ਼ੁਰੂ ਕਰਾਂਗੇ ਅੱਜ ਕੱਲ੍ਹ ਜਿਹੜਾ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ 'ਚ ਚੱਲ ਰਿਹਾ ਨਾਮ। ਅਮਰ ਸਿੰਘ ਚਮਕੀਲੇ ਦਾ ਨਾਂ ਇਸ ਵਾਸਤੇ ਜ਼ਿਆਦਾ ਪਾਪੂਲਰ ਹੋਇਆ ਅੱਜ ਦੇ ਦਿਨਾਂ ਦੇ ਵਿੱਚ, ਇਸ ਵਾਸਤੇ ਹੋਇਆ ਕਿ ਉਹਦੇ ਉੱਤੇ ਇੱਕ ਫਿਲਮ ਬਣੀ ਦਲਜੀਤ ਦੋਸਾਂਝ ਸਾਹਿਬ, ਬਹੁਤ ਵੱਡਾ ਨਾਮ ਇੰਡਸਟਰੀ ਦਾ, ਅਤੇ ਨਾਲ ਪ੍ਰਨੀਤੀ ਚੋਪੜਾ ਜਿਨ੍ਹਾਂ ਨੇ ਉਹਨਾਂ ਦੇ ਨਾਲ ਜਿਹੜੀ ਅੰਮ੍ਰਿਤ ਕੌਰ ਸਾਹਿਬ ਉਹਨਾਂ ਦਾ ਅੰਮ੍ਰਿਤ ਕੌਰ ਸਾਹਿਬਾ ਦਾ ਕਰੈਕਟਰ ਨਿਭਾਇਆ, ਅਤੇ ਨਾਲ ਜਿਹੜੇ ਦਲਜੀਤ ਦੋਸਾਂਝ ਸਾਹਿਬ ਉਹਨਾਂ ਨੇ ਅੰਮ੍ਰਿਤ ਚਮਕੀਲਾ ਦਾ। ਇਹ 80 ਦੀ ਦਹਾਈ ਦੇ ਵਿੱਚ ਮਾਰਿਆ ਗਿਆ ਇੱਕ ਉਹ ਗਵੱਈਆ ਸੀਗਾ, ਪਾਕਿਸਤਾਨ ਦੇ ਵਿੱਚ ਵੀ ਮਸ਼ਹੂਰ ਹੋਇਆ, ਉਹਨਾਂ ਦਿਨਾਂ ਦੇ ਵਿੱਚ ਕੇਸਟਾਂ ਦੇ ਦੌਰ ਸੀ ਜ਼ਰਾ ਘੱਟ ਮਸ਼ਹੂਰ ਹੋਇਆ, ਮਗਰ ਅੱਜ ਪਤਾ ਲੱਗਿਆ ਕਿ ਉਹ ਜਿਹੜੇ ਲਾਲ ਗਵਾਏ ਗਏ ਨੇ ਸਿਰਫ ਕੰਟਰੋਵਰਸੀ ਦੇ ਹੱਥੀਂ ਚੜ੍ਹ ਕੇ, ਸਾਡੇ ਪੰਜਾਬ ਦੇ ਲਹਿੰਦੇ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਜਿਹੜੇ ਜਵਾਨ, ਖੈਰ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਫਨਕਾਰ ਆ ਉਹਨੂੰ ਪਜ਼ੀਰਾਈ ਮਿਲਦੀ ਆ ਆਪਣੇ ਰਾਹੀਂ, ਮਗਰ ਜਦੋਂ ਇੰਡੀਆ ਦੇ ਵਿੱਚ ਕੋਈ ਵੀ ਫਨਕਾਰ ਬਹੁਤ ਜ਼ਿਆਦਾ ਚੜ੍ਹਦਾ ਉਹਨੂੰ ਮਾਰ ਕੇ ਦਿੰਦੇ ਹੋ, ਯਾਰ ਇੱਦਾਂ ਨਾ ਕਰੋ, ਯਾਰ ਇੱਦਾਂ ਨਾ ਕਰੋ, ਇੰਨਾ ਪਿਆਰ, ਐਡਾ ਸੋਹਣਾ ਗਾਉਣ ਵਾਲਾ ਜਿਹਨੂੰ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਦੋਵਾਂ ਨੂੰ ਇੰਨਾ ਪਿਆਰ ਮਿਲੇ, ਅਤੇ ਮੇਰਾ ਨਹੀਂ ਖਿਆਲ ਕਿ ਯਾਰ ਉਹਨੂੰ ਉਸ ਆਵਾਜ਼ ਨੂੰ, ਇਹ ਜੰਗਲ ਦਾ ਕਾਨੂੰਨ ਆ ਕਿ ਜਿਹਦੇ ਤੱਕ ਆਵਾਜ਼ ਜਿੱਤੋਂ ਜਿੱਤਿਆ ਨਾ ਜਾਏ ਉਹਨੂੰ ਮਾਰ ਦੇਵੇ, ਜੰਗਲ ਦਾ ਕਾਨੂੰਨ ਨਹੀਂ ਹੈ, ਆਪਾਂ ਇਨਸਾਨ ਹੈਗੇ ਇਨਸਾਨੀਅਤ ਦੇ ਨਾਤੇ, ਅਤੇ ਇਨਸਾਨੀਅਤ ਦੇ ਨਾਤੇ ਅਸੀਂ ਲਹਿੰਦੇ ਪੰਜਾਬ ਤੋਂ ਅੱਜ ਅਮਰ ਸਿੰਘ ਚਮਕੀਲਾ ਨੂੰ ਅਸੀਂ ਵੀ ਕੁਛ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਸਾਡੇ ਨਾਲ ਮਿਊਜ਼ੀਸ਼ੀਅਨ ਮੌਜੂਦ ਨੇ। ਗਾਣਾ ਸੀਗਾ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਦੂਜੇ ਲਲਕਾਰੇ 'ਚ ਅੰਦਰ ਵੜ ਗਈ, ਤੀਜੇ ਲਲਕਾਰੇ ਨਾਲ ਨੌਂ ਮੇਰਾ ਲੈ ਕੇ, ਤੀਜੇ ਲਲਕਾਰੇ ਨਾਲ ਨੌਂ ਮੇਰਾ ਲੈ ਕੇ, ਸਿੱਧ ਆਣ ਕੇ ਦਰਾਂ ਦੇ ਵਿੱਚ ਵੱਜਿਆ ਨੀ ਪੱਟੂ ਫਿਰਦਾ, ਫਿਰਦਾ ਸ਼ਰਾਬ ਨਾਲ ਰੱਜਿਆ ਨੀ ਪੱਟੂ ਫਿਰਦਾ, ਫਿਰਦਾ ਸ਼ਰਾਬ ਨਾਲ ਰੱਜਿਆ ਨੀ ਪੱਟੂ। ਵੈਲੀਆਂ ਨੇ ਵੈਲ ਖੱਟਣੇ, ਉਹ ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ, ਪਹਿਲਾ ਕੰਮ ਵੈਲੀਆਂ ਨੇ ਵੈਲ ਖੱਟਣੇ, ਦੂਜਾ ਕੰਮ ਬੋਤਲਾਂ ਦੇ ਡੱਟ ਪੱਟਣੇ, ਤੀਜਾ
ਕੰਮ ਲੈਣੀ ਆਪਾਂ ਮੁੱਲ ਦੀ ਲੜਾਈ, ਟੀਚ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ ਨੀ ਤੇਰੇ ਦਰ ਤੇ, ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ, ਦਰ ਤੇ ਬੁਲਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ। ਰਿੰਝਣਾ ਚ ਨੈਣੋ ਹਟ ਗਈ, ਹਾਰ ਤੇ ਸਿੰਗਾਰ ਲੱਗ ਕੇ ਬੈਣੋ ਹਟ ਗਈ, ਚਰਖੀ ਤਰਿੰਝਣਾ ਚ ਨੈਣੋ ਹਟ ਗਈ, ਹਾਰ ਤੇ ਸਿੰਗਾਰ ਲੱਗ ਕੇ ਬੈਣੋ ਹਟ ਗਈ, ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੇੜੇ, ਸਾਰਾ ਸਾਰਾ ਦਿਨ ਸਾਡੀ ਗਲੀ ਵਿੱਚ ਗੇੜੇ, ਬਿਨ ਕੰਮ ਤੋਂ ਫਿਰੇ ਐਵੇਂ ਲਾਉਂਦਾ ਨੀ ਡੁੱਬ ਜਾਣੀ ਦਾ, ਚੁਮਕੇ ਦਾ ਮਾਲ ਫੜਾਉਂਦਾ ਸ਼ਰਾਬ ਪੀਮ ਵਸ ਗਈ ਹੱਡਾਂ ਚ, ਰੋਬ ਟੋਟਿਆਂ ਦਾ ਭੈੜਾ ਆਪਾਂ ਲਾ ਲਿਆ ਨੀ ਸਾਰੇ ਨਸ਼ਿਆਂ ਨੇ, ਉਧਰ ਸਰੀਰ ਸਾਰਾ ਖਾ ਲਿਆ ਨੀ ਸਾਰੇ ਨਸ਼ਿਆਂ ਨੇ, ਉਧਰ ਸਰੀਰ ਸਾਰਾ ਖਾ ਲਿਆ ਨੀ ਸਾਰੇ ਨਸ਼ਿਆਂ ਨੇ। ਲਓ ਜੀ ਦੋਸਤੋ, ਘੜੀਆਂ ਲੱਗਦੀਆਂ ਰਹਿਣਗੀਆਂ ਪਿਆਰ ਦੀਆਂ, ਅਗਰ ਤੁਹਾਨੂੰ ਸਾਡਾ ਇਹ ਗੀਤ, ਸਾਡੀ ਇਹ ਛੋਟੀ ਜਿਹੀ ਮੁਹੱਬਤ ਜਿਹੜੀ ਅਸੀਂ ਚਮਕੀਲਾ ਸਾਹਿਬ ਨਾਲ ਕੀਤੀ ਹੈ, ਉਹ ਅਗਰ ਪਸੰਦ ਆਈ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਇੱਕ ਦਫ਼ਾ ਚਮਕੀਲੇ ਲੈਜੈਂਡ ਦਾ ਨਾਮ ਲਿਖ ਕੇ ਥੰਬਸ-ਅਪ ਦਬਾ ਦਿਓ, ਆਪਣੀਆਂ ਮੁਲਾਕਾਤਾਂ ਰਹਿਣਗੀਆਂ। ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਏਕਤਾ ਜ਼ਿੰਦਾਬਾਦ।